ਮੈਂ ਤੁਹਾਨੂੰ ਆਪਣੀ ਲਾਈਨ 'ਤੇ ਲੈ ਕੇ ਆ ਰਹੀ ਹਾਂ। ਜੋ ਸਵਾਲ ਮੈਂ ਤੁਹਾਡੇ ਤੋਂ ਜਾਣਾ, ਜਿਹਦਾ ਉੱਤਰ ਮੈਂ ਪਾਲ ਰਹੀ ਹਾਂ ਤੁਹਾਡੇ ਤੋਂ, ਹਾਂਜੀ ਜੋ ਤੁਸੀਂ ਬਾਬਾ ਨਾਨਕ ਦੀ ਗੱਲ ਕਰ ਦੇਖੋ ਨਾ, ਯਾਨੀ ਪਹਿਲੀ ਵਾਰ ਮੈਂ ਗੱਲ ਕਰਦਾ ਸੀ ਵੀ ਜਰਨਲਿਸਟ ਨੂੰ ਕਿਸੇ ਨੂੰ ਦੇਖਿਆ ਅਸੀਂ, ਇੱਦਾਂ ਮੈਂ ਥੋੜ੍ਹੀ ਗਾਹਾਂ ਕਰ ਦਿੱਤੀ ਸੀ ਵੀ ਪਹਿਲੀ ਵਾਰ ਕਿਸੇ ਨੂੰ ਦੇਖਿਆ ਵੀ ਸਪਸ਼ਟ ਹੋ ਕੇ, ਠੀਕ ਹੈ, ਨਹੀਂ ਤਾਂ ਸਾਡੇ ਜਿਹੜਾ ਜਿਹੜਾ ਲਾਣਾ ਇਹਨਾਂ ਵਾਲਾ ਜਿਹੜੇ ਪ੍ਰਮੋਟ ਕਰਦੇ ਇਹਨਾਂ ਨੂੰ, ਉਹਨਾਂ ਨੂੰ ਥਲੀ ਥੁਲੀ ਹੋਣੀ, ਉਹਨਾਂ ਕੋਲ ਅਕਲ ਥੋੜ੍ਹੋ ਇੰਨੀ, ਠੀਕ ਹੈ। ਬਹੁਤ ਇੰਟੈਲੀਜੈਂਟ ਸਵਾਲ ਕੀਤੇ ਆ ਅਮਰਵੀਰ ਕੌਰ ਨੇ, ਠੀਕ ਹੈ, ਆਹ ਸੁਣਿਓ ਗੱਲ। ਉੱਥੇ ਚੁੱਪ ਹੈਗੀ ਆ, ਮੈਂ ਕੁਛ ਵੀ ਨਹੀਂ ਬੋਲਾਂਗੀ, ਮੈਂ ਕਿਸੇ ਇੱਕ ਵੀ ਤਰ੍ਹਾਂ ਦਾ ਸਵਾਲ ਉੱਥੇ ਨਹੀਂ ਖੜਾ ਕਰਾਂਗੀ। ਈਵਨ ਬਾਬਾ ਬੰਦਾ ਸਿੰਘ ਬਹਾਦਰ ਤੇ ਵੀ ਮੈਂ ਕੋਈ ਸਵਾਲ ਨਹੀਂ ਖੜਾ ਕਰਾਂਗੀ। ਕਿਉਂ? ਕਿਉਂਕਿ ਮੈਂ ਸਿੱਖ ਧਰਮ ਦੀ ਗੱਲ ਨਹੀਂ ਕਰ ਰਹੀ, ਮੈਂ ਤੁਹਾਡੇ ਨਾਲ ਸਿੱਖਾਂ ਦੇ ਪੋਲੀਟੀਕਲ ਸੰਕਲਪ ਦੀ ਗੱਲ ਕਰ ਰਹੀ ਹਾਂ। ਮੈਨੂੰ ਇਸ ਦੁਬਿਧਾ ਦੇ ਵਿੱਚੋਂ ਕੱਢੋ, ਮੇਰੇ ਸਵਾਲ ਦਾ ਜਵਾਬ ਦਿਓ ਮੈਨੂੰ। ਸਿੱਖ ਧਰਮ ਦੇ ਵਿੱਚ ਉਹਦੀ ਗੱਲਾਂ ਦੇ ਵਿੱਚ ਲੈ ਕੇ ਜਦੋਂ ਤੁਸੀਂ ਜਾਂਦੇ ਹੋ ਤਾਂ ਮੇਰੇ ਦਿਲ 'ਚ ਇੱਕ ਡਰ ਹੈ ਕਿ ਮੇਰੇ ਤੋਂ ਕੁਛ ਕਿਹਾ ਜਾਏਗਾ ਤੇ ਸਾਰੇ ਮੇਰੇ ਪਿੱਛੇ ਪੈ ਜਾਣਗੇ। ਬਿਕੋਜ਼ ਦਿਸ ਇਜ਼ ਅਲਟੀਮੇਟਲੀ, ਤੁਸੀਂ ਇਹ ਸਮਝਦੇ ਹੈਗੇ ਆ ਕਿ ਕਿਸ ਤਰ੍ਹਾਂ ਇਹ ਰੈਡੀਕਲਿਜ਼ਮ ਕੰਮ ਕਰਦਾ ਹੈਗਾ। ਮੈਂ ਤੁਹਾਡੇ ਤੋਂ ਸਿੱਖ ਪੋਲੀਟੀਕਲ ਸੰਕਲਪ ਨੂੰ ਜਾਨਣਾ ਚਾਹੁੰਦੀ ਹਾਂ, ਜਿਹਨੂੰ ਮੈਂ ਸਵਾਲ ਕਰ ਸਕਾਂ ਔਰ ਸਵਾਲ ਕਰਕੇ ਮੈਂ ਬਿਹਤਰ ਸਮਝ ਸਕਾਂ। ਹਾਂਜੀ, ਜਾਣੀ ਇਹ ਕਮੀਣੇ ਇਦਾਂ ਹਰੇਕ ਵਾਰੀ ਨਾ ਜਦੋਂ ਇਹਨਾਂ ਨਾਲ ਗੱਲ ਕਰੋ ਇੱਦਾਂ, ਠੀਕ ਆ, ਇਹ ਮਾਝੀ ਟਪਾਲੀ ਪ੍ਰਚਾਰ ਪੰਥਪ੍ਰੀਤ ਹੋਣੀ ਰਣਜੋਸ, ਇਹ ਸਾਰੇ ਇੱਦਾਂ ਦੇ ਕਮੀਣੇ, ਜਦੋਂ ਗੱਲ ਕਰੋ ਇਹਨਾਂ ਨਾਲ ਇਹ ਤੁਹਾਡੀ ਗੱਲ ਦਾ ਜਵਾਬ ਦੇਣ ਦੀ ਬਜਾਏ ਤੁਹਾਡਾ ਤਾਂ ਜਿਹੜਾ ਝਗੜਾ ਹੈ, ਹੁਣ ਤੁਸੀਂ ਕੀਤਾ, ਮੰਨ ਲਓ ਮੈਂ ਕੀਤਾ ਰਣਜੋਸ ਨੂੰ ਸਵਾਲ, ਠੀਕ ਹੈ, ਉਹ ਜਵਾਬ ਦੇਣ ਦੀ ਬਜਾਏ ਉਹ ਕਹਿੰਦੇ ਸੀ ਵੀ ਕਬੀਰ ਜੀ ਨੇ ਆਹ ਕਿਹਾ ਵੀ ਤੇਰਾ ਤੇਰੇ ਹਿਸਾਬ ਨਾਲ ਕਬੀਰ ਜੀ ਗਲਤ ਕਹਿੰਦੇ ਆ। ਮਤਲਬ ਆਪ ਜਵਾਬ ਦੇਣ ਦੀ ਬਜਾਏ ਜਿਹੜਾ ਝਗੜਾ ਜਿਹੜੀ ਗੱਲਬਾਤ ਆ ਤੁਹਾਡੀ, ਤੁਹਾਨੂੰ ਕਬੀਰ ਸਿੰਘ ਨਾਲ ਲੜਾਉਣ ਲਾ ਦਿੰਦੇ ਸੀ ਵੀ ਲੈ ਕਬੀਰ ਜੀ ਨਾਲ ਗੱਲ ਕਰ, ਹੁਣ ਤੂੰ ਦੱਸ। ਹੁਣ ਜੇ ਜੇ ਬੰਦਾ ਕਹੂਗਾ ਤੇ ਤੇਰੀ ਪੇ ਤੇਰੀ ਕਮੀਣਗੀ ਤਾਂ ਤੂੰ ਕਰ ਰਿਹਾ, ਮੈਂ ਤਾਂ ਤੈਨੂੰ ਕਹਿ ਰਿਹਾ, ਫਿਰ ਤੂੰ ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਸੀ ਉਹ ਕਦੇ ਵਿੱਚ ਲੈ ਕੇ ਆਈ ਜਾਂਦਾ। ਹੁਣ ਅਗਲੀ ਪੁੱਛਦੀ ਵੀ ਤੂੰ ਮੈਨੂੰ ਆਪਣੀ ਗੱਲ ਦੱਸ ਵੀ ਤੁਹਾਡਾ ਸੋਚਣਾ ਤੁਹਾਡਾ ਦੇਖਣਾ ਕੀ ਆ ਖਾਲਿਸਤਾਨ ਦਾ, ਕਿੱਦਾਂ ਤੁਸੀਂ ਕਹਿੰਦੇ ਤੁਹਾਨੂੰ ਅੱਜ ਦੇ ਸਮੇਂ 'ਚ ਕਿੱਦਾਂ ਇੱਦਾਂ ਵੱਖਰੀ ਸਟੇਟ ਮਿਲ ਜਾਵੇ। ਤੂੰ ਬੰਦਾ ਸਿੰਘ ਬਹਾਦਰ ਨਾਲ ਜੇ ਬੰਦਾ ਉਹ 'ਤੇ ਸਵਾਲ ਕਰੇ, ਠੀਕ ਹੈ, ਫਿਰ ਦੇਖਿਆ ਜੀ ਬੰਦਾ ਸਿੰਘ ਬਹਾਦਰ ਬਾਰੇ ਬੋਲੀ ਮਨਵੀਰ ਕੌਰ ਇੱਦਾਂ, ਸਿੱਖ ਰਾਜ ਬਾਰੇ ਮਹਾਰਾਜ ਰਣਜੀਤ ਸਿੰਘ ਬਾਰੇ ਕਿਹਾ ਇੱਦਾਂ, ਠੀਕ ਹੈ, ਤੇ ਜਾਣੀ ਹਾਏ ਹਾਏ ਰੱਬਾ। ਪਹਿਲੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਜਿਹੜਾ ਕਿਸੇ ਵੀ ਧਿਰ ਵੱਲੋਂ ਸੋਸ਼ਲ ਮੀਡੀਆ 'ਤੇ ਕਿਸੇ ਦੇ ਵਿਚਾਰਾਂ ਨਾਲ ਮਤਭੇਦ ਹੋਣ ਕਰਕੇ ਵਲਗਰ ਬੈਕਲੈਸ਼ ਕਰਨਾ, ਉਹਦੀ ਐਬਸੋਲਿਊਟਲੀ ਕੋਈ ਜਸਟੀਫਿਕੇਸ਼ਨ ਨਹੀਂ, ਉਹ ਗਲਤ ਹੈ, ਉਹ ਬੰਦ ਹੋਣਾ ਚਾਹੀਦਾ। ਜੇ ਤੁਸੀਂ ਕਿਸੇ ਨਾਲ ਸਹਿਮਤ ਨਹੀਂ ਤਾਂ ਉਹਨਾਂ ਦੇ ਵਿਚਾਰਾਂ ਦੇ ਬਰਾਬਰ ਆਪਣੀ ਦਲੀਲ ਖੜੀ ਕਰੋ। ਸੋ ਮੈਂ ਤਾਂ ਮਤਲਬ ਮੇਰੀ ਇਹ ਇਹ ਪੋਜੀਸ਼ਨ ਹੈ, ਪਰ ਇਹ ਇੱਕ ਸੋਸ਼ਲ ਰਿਐਲਿਟੀ ਹੈ ਕਿ ਸੋਸ਼ਲ ਮੀਡੀਆ ਨਾਲ ਪਬਲਿਕ ਸਪੇਸ ਦਾ ਜਮਹੂਰੀਕਰਨ ਹੋਇਆ ਅਤੇ ਜਮਹੂਰੀਕਰਨ ਸਦਕਾ ਕੋਈ ਜਿਹੜਾ ਐਡੀਟੋਰੀਅਲ ਨਹੀਂ ਕਮੀਣੀ ਦੇਖ ਕਹਿੰਦਾ ਵੀ ਉਹ ਜਿਹੜਾ ਜਿਹੜਾ ਸੋਸ਼ਲ ਮੀਡੀਆ 'ਤੇ ਜਿਹੜਾ ਇਹ ਕੁਛ ਹੋ ਰਿਹਾ ਆ, ਇਹਦੀ ਜਸਟੀਫਿਕੇਸ਼ਨ ਨਹੀਂ ਕੋਈ ਵੀ, ਇਹ ਉੱਥੇ ਕੰਟਰੋਲ ਨਹੀਂ ਹੈਗਾ ਕੋਈ ਵੀ, ਇੱਦਾਂ ਦਾ ਖੋਲ੍ਹਿਆ ਵੀ ਜੋ ਮਰਜ਼ੀ। ਉੱਥੇ ਭਿੰਡਰਾਂ ਵਾਲੇ ਦੇ ਟਾਈਮ ਤਾਂ ਸੋਸ਼ਲ ਮੀਡੀਆ ਹੈ ਨਹੀਂ ਸੀ, ਭਿੰਡਰਾਂ ਵਾਲੇ ਦੇ ਟਾਈਮ ਕਿਸੇ ਨੂੰ ਖੁੱਲ੍ਹ ਸੀ ਕੁਛ ਕਹਿਣੇ ਦੀ? ਜਦੋਂ ਕਿਸੇ ਅਖਬਾਰ ਦੇ ਜਰਨਲਿਸਟ ਨੂੰ ਮਾਰਨ ਜਾਂਦੇ ਚਾਹੀਦਾ ਤਾਂ ਇਹ ਆ ਵੀ ਭਾਈ ਅਸੀਂ ਅਸੀਂ ਇੱਕ ਆਈਡੀਓਲੋਜੀ ਦੀ ਗੱਲ ਕਰਦੇ ਹਾਂ, ਤੁਸੀਂ ਜਿੰਨਾ ਕ੍ਰਿਟੀਸਿਜ਼ਮ ਕਰ ਹੁੰਦਾ ਕਰੋ, ਚਾਹੇ ਜੋ ਮਰਜ਼ੀ ਕਰੇ ਅਗਲਾ,
ਠੀਕ ਹੈ। ਅਸੀਂ ਮੈਂ ਦੱਸਦਾ ਅਸੀਂ ਕਦੇ ਕਿਸੇ ਬਾਰੇ ਸ਼ਿਕਾਇਤ ਵੀ ਨਹੀਂ ਕਰਦੇ। ਅਗਲਾ ਗਾਲਾਂ ਕੱਢਦਾ, ਗਲਤ ਬੋਲਦਾ, ਆਪਣਾ ਜਲੂਸ ਕਢਾ ਰਿਹਾ। ਹਾਂ, ਆਪਣੇ ਬੰਦਿਆਂ ਨੂੰ ਜ਼ਰੂਰ ਕਹਿ ਦਿੱਤਾ ਵੀ ਤੁਸੀਂ ਪੋਸਟਾਂ ਨਾਮ ਸ਼ੇਅਰ ਕਰਿਆ ਕਰੋ ਸਾਡੀਆਂ, ਠੀਕ ਹੈ। ਜੇ 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 ਅਗਲਾ ਜੋ ਮਰਜ਼ੀ ਜੋ ਗੱਲ ਕਰਨੀ ਚਾਹੁੰਦਾ ਕਰੇ, ਅਗਲਾ ਅਗਲੇ ਨੂੰ ਖੁੱਲ੍ਹ ਹੋਣੀ ਚਾਹੀਦੀ ਆ। ਤੁਸੀਂ ਤਾਂ ਸਗੋਂ ਖੋਲ੍ਹ ਕੇ ਅਗਲੇ ਨੂੰ ਕਹੋ, ਠੀਕ ਹੈ, ਆਪਣੇ ਨੂੰ ਅਗਲੇ ਨੂੰ ਪੂਰੀ ਖੁੱਲ੍ਹ ਦਿਓ ਵੀ ਜੋ ਤੇ ਤੋਂ ਨਹੀਂ ਵੀ ਦੱਸ ਹੁੰਦਾ ਤੂੰ ਦੱਸ ਦੇ ਸਾਨੂੰ, ਲੋਕਾਂ ਨੂੰ, ਮੇਰੇ ਬਾਰੇ, ਠੀਕ ਹੈ। ਹੁਣ ਇੱਥੇ ਕਿੰਨੀ, ਅੱਛਾ ਸੋਰੀ ਜੀ, ਮਾਝਾ ਅਵੀਰ ਨੇ ਮੈਸੇਜ ਭੇਜਿਆ ਜੀ। ਆ ਠੀਕ ਹੈ ਜੀ, ਮਾਝੇ ਦੇ ਤਾਂ ਚਾਰੇ ਜ਼ਿਲ੍ਹੇ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ, ਠੀਕ ਆ, ਅਤੇ ਹੁਸ਼ਿਆਰਪੁਰ, ਅੱਛਾ ਦੁਆਬੇ ਦੇ ਹੈਗੇ ਪੰਜ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਅਤੇ ਨਹੀਂ ਚਾਰੇ ਹੀ ਆ, ਨਵਾਂਸ਼ਹਿਰ ਸਹੀ ਆ, ਅਤੇ ਮਾਲਵੇ ਦੇ ਬਰਨਾਲਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਲੁਧਿਆਣਾ, ਮਾਨਸਾ, ਮੋਗਾ, ਮੁਕਤਸਰ ਅਤੇ ਸੰਗਰੂਰ, ਅਤੇ ਪੁਆਧ ਖੇਤਰ, ਹੁਣ ਮੈਨੂੰ ਪਤਾ ਨਹੀਂ, ਮੈਨੂੰ ਤਾਂ ਲੱਗਦਾ ਇਹ ਵੀ ਉਹਦੇ ਵਿੱਚ ਹੀ ਆਉਂਦਾ ਆ, ਜਾਣੀ ਤਾਂ ਨਹੀਂ, ਠੀਕ ਆ। ਪੁਆਧ ਦੇ ਵਿੱਚ ਫਤਿਹਗੜ੍ਹ, ਪਟਿਆਲਾ, ਰੂਪਨਗਰ ਅਤੇ ਮੋਹਾਲੀ, ਠੀਕ ਆ, ਇਹ ਵੀ ਸਤਲੁਜ ਤੋਂ ਪਾਰ ਵਾਲੇ ਭਾਈ ਸਾਰੇ। ਮੇਰਾ ਤਾਂ ਮਕਸਦ ਇਹ ਸੀ ਵੀ ਜਿਹੜੇ ਉਸ ਵੇਲੇ ਅੰਗਰੇਜ਼ਾਂ ਦੇ ਨਾਲ ਸੀਗੇ, ਠੀਕ ਆ, ਸਾਰੇ ਉਸੇ ਪਾਸੇ ਸੀ ਸਾਰੇ, ਠੀਕ ਆ। ਬਾਕੀ ਹੁਣ ਚਲੋ ਕਾਫੀ ਜਾਣੀ ਇੱਦਾਂ ਜਿੰਨਾ ਕੁ ਅਸੀਂ ਦੇਖਿਆ ਵੀ ਉਹ ਤਾਂ ਸੈਂਸ ਬਣਦੀ ਆ ਇਹਨਾਂ ਦੀ ਤਾਂ ਜ਼ਿਲ੍ਹਿਆਂ ਦੀ, ਪਰ ਅਸੀਂ ਬੇਸਿਕ, ਮੈਂ ਗੱਲ ਇਹ ਕਰਨੀ ਚਾਹੁੰਦਾ ਸੀ ਵੀ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਲੈ ਕੇ, ਉਹ ਵੀ 7-8 ਜ਼ਿਲ੍ਹੇ ਪੰਜਾਬ ਦਾ ਤੀਜਾ ਹਿੱਸਾ ਮਸੀ ਬਣਦਾ ਪੰਜਾਬ 'ਚੋਂ, ਠੀਕ ਆ। ਬਾਕੀ ਹਿੱਸਾ ਉਸ ਵੇਲੇ ਵੀ ਇੰਡੀਆ ਦੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਨਹੀਂ ਸੀ, ਅਤੇ ਪਾਕਿਸਤਾਨ ਵਾਲਾ ਬਿਲਕੁਲ ਨਹੀਂ ਸੀ, ਠੀਕ ਆ, ਵੀ ਨਾ ਜੀਓਗ੍ਰਾਫਿਕਲੀ ਜਿਹੜੀ ਅਸੀਂ ਸਾਡਾ ਲੌਜਿਕ ਆ ਕੋਈ ਮੈਂ ਨਹੀਂ ਰਖਾਉਂਦਾ ਆ, ਠੀਕ ਆ, ਅਤੇ ਨਾ ਜਦੋਂ ਅਸੀਂ ਇਤਿਹਾਸਕ ਦੇ ਤੌਰ 'ਤੇ, ਇਤਿਹਾਸ ਦੇ ਤੌਰ 'ਤੇ ਗੱਲ ਕਰਦੇ ਹਾਂ। ਫਿਰ ਸਭ ਤੋਂ ਵੱਡੀ ਗੱਲ ਜਦੋਂ ਅਸੀਂ ਇਹ ਦਾਅਵਾ ਕਰਦੇ ਹਾਂ ਵੀ ਸਾਡਾ ਸਿੱਖਾਂ ਦਾ ਰਾਜ ਇਨੀ, ਮਤਲਬ ਪੰਜਾਬ ਜਿਹੜਾ ਆ ਉਹ ਉਦੋਂ ਹੀ ਬਣਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਜਾਂ ਗੁਰੂ ਨਾਨਕ ਦੇਵ ਜੀ ਵੇਲੇ ਬਣਿਆ ਪੰਜਾਬ। ਜੇ ਅੱਜ ਇੰਡੀਆ ਆ ਉੱਥੇ, ਅਸੀਂ ਕਹਿੰਦੇ ਹਾਂ ਵੀ ਇੰਡੀਆ 47 'ਚ ਆਜ਼ਾਦ ਹੋਇਆ, ਇਹ ਤੋਂ ਪਹਿਲਾਂ ਅੰਗਰੇਜ਼ਾਂ ਦਾ ਰਾਜ ਸੀ, ਉਹ ਤੋਂ ਪਹਿਲਾਂ ਸਿੱਖਾਂ ਤੋਂ ਅੰਗਰੇਜ਼ਾਂ ਨੇ ਲਿਆ ਸੀ, ਅਤੇ ਸਿੱਖਾਂ ਨੇ ਕਿਤੋਂ ਲਿਆ ਸੀ, ਸਿੱਖਾਂ ਤੋਂ ਪਹਿਲਾਂ ਵੀ ਕੁਝ ਸੀਗਾ ਨਾ। ਜੇ ਅਸੀਂ ਅੱਜ ਇਹ ਕਲੇਮ ਕਰਦੇ ਹਾਂ ਵੀ 150 ਸਾਲ ਪਹਿਲਾਂ ਅਸੀਂ ਸੀ, ਅਤੇ ਜੇ ਕੋਈ ਹੋਰ ਕਲੇਮ ਕਰ ਦੇਵੇ 400 ਸਾਲ ਪਹਿਲਾਂ ਅਸੀਂ ਸੀ, ਕਹੂਗਾ 1000 ਸਾਲ ਪਹਿਲਾਂ ਅਸੀਂ ਸੀਗੇ, ਇਹ ਤਾਂ ਕੋਈ ਲੌਜਿਕ ਨਹੀਂ ਹੋਇਆ। ਹੁਣ ਨਿਊਜ਼ੀਲੈਂਡ ਵਰਗੇ ਜਿਹੜੇ ਕੰਟਰੀ ਆ, ਆਸਟ੍ਰੇਲੀਆ ਆ, ਜਿਹੜੇ ਅਮਰੀਕਾ ਆ, ਜਿੱਥੇ ਨਵੇਂ ਜਾ ਕੇ ਬੱਸੇ ਆ ਲੋਕ, ਜਿਨੀ ਉਹਨੂੰ ਬਣਾਇਆ ਆ, ਉੱਥੇ ਤੱਕ ਬੰਦਾ ਕਹਿ ਸਕਦਾ, ਦਾਅਵਾ ਇਹ ਕਰ ਸਕਦਾ, ਠੀਕ ਆ, ਵੀ ਅਸੀਂ ਜਾ ਕੇ ਇਹਨੂੰ ਬਣਾਇਆ, ਡਿਵੈਲਪ ਕੀਤਾ ਭਾਈ, ਸਾਡੇ ਰਾਹੀਂ ਹੋਇਆ ਹੈ, ਠੀਕ ਹੈ, ਹੁਣ ਕਿਸੇ ਹੋਰ ਨੇ ਕਬਜ਼ਾ ਕਰ ਲਿਆ ਆ ਕੇ। ਜਿਹੜੀ ਇੰਨੀ ਹਜ਼ਾਰਾਂ ਸਾਲ ਪੁਰਾਣੀ ਸੱਭਿਅਤਾ ਆ, ਉਹਨੂੰ ਇੱਦਾਂ ਇਸ ਤਰੀਕੇ ਨਾਲ, ਜਾਣੀ ਉਸ ਪੱਖੋਂ ਵੀ ਜਿਹੜਾ ਸਾਡਾ ਦਾਅਵਾ ਆ ਉਹ ਥੋਥਲਾਇਆ, ਠੀਕ ਹੈ। ਅਤੇ ਜੋ ਵੀ ਜਾਣੀ ਇਹ ਬੰਦੇ ਕਰ ਰਹੇ ਆ, ਤੁਸੀਂ ਜੇ ਧਿਆਨ ਨਾਲ ਦੇਖੋਗੇ ਤਾਂ ਤੁਹਾਡੇ ਗੇਟ 'ਚ ਆ ਜਾਣਾ ਵੀ ਕੋਈ ਸੈਂਸ ਨਹੀਂ ਬਣਦੀ ਉਹਦੀ। ਹਾਂਜੀ, ਪ੍ਰੋਸੈਸ ਫਿਲਟਰ ਨਹੀਂ ਕਰਦਾ ਕਿਸੇ ਗੱਲ ਨੂੰ, ਸਾਰਾ ਕੁਛ ਰੋ ਆ ਰਿਹਾ, ਵਲਗੈਰਿਟੀ ਬਹੁਤ ਜ਼ਿਆਦਾ ਵਧੀ ਹੋਈ ਹੈ, ਉਹ ਗੱਲ ਗਲਤ ਹੈ। ਹੁਣ ਤੁਹਾਡੇ ਸਵਾਲ ਵੱਲ ਆਈਏ, ਸਵਾਲ ਇਹ ਹੈ
ਕਿਹੜੀ ਕੌਮ ਹੈ? ਨਹੀਂ ਆ ਜਿਹੜੀ ਗੱਲ ਕਰਦਾ ਵੀ ਬਲਗੈਰਿਟੀ ਵਧੀ ਹੋਈ ਆ, ਰੋ ਆ ਰਿਹਾ, ਕੋਈ ਫਿਲਟਰ ਨਹੀਂ ਹੈਗਾ, ਮੈਂ ਗੱਲ ਕਰਦਾ ਸੀ ਵੀ ਭਿੰਡਰਾਂ ਵਾਲੇ ਦੇ ਟਾਈਮ ਆ, ਆ ਰੋ ਤਾਂ ਆ ਰਿਹਾ, ਬਲਗੈਰਿਟੀ ਤਾਂ ਆ ਰਹੀ ਆ। ਜਦੋਂ ਅਬਗੇਲੇ ਵਾਲਾ ਗਰੁੱਪ ਕੈਲੀਫੋਰਨੀਆ, ਗੁਰਪ੍ਰੀਤ ਕੌਰ ਕੈਲੀਫੋਰਨੀਆ ਜਦੋਂ 2015 'ਚ ਇੱਥੇ ਆਇਆ, ਉਸ ਵੇਲੇ ਜਿਹੜਾ ਗਰੁੱਪ ਇੱਦਾਂ ਅਸੀਂ ਦੇਖਦੇ ਵੀ ਉੱਥੇ ਫੇਸਬੁੱਕ 'ਤੇ ਦਸਮ ਗ੍ਰੰਥ ਦੇ ਬਾਰੇ ਉਹਦੇ ਹੱਕ ਦੇ ਵਿੱਚ ਬੋਲ ਰਿਹਾ ਅਤੇ ਗਾਲਾਂ ਲੋਕਾਂ ਦੀਆਂ ਫੋਟੋ ਐਡਿਟ ਕਰ ਰਿਹਾ, ਜਿੰਨੇ ਬੰਦੇ ਇਹਨਾਂ ਸਾਰਿਆਂ ਨੂੰ ਜਸਵੀਰ ਸਿੰਘ ਰੋਡੇ ਦੀ ਅਤੇ ਧੁੰਮੇ ਦੀ ਸ਼ਹਿ ਸੀ। ਜਦੋਂ ਕੈਲੀਫੋਰਨੀਆ ਵਾਲੇ ਦਾ ਝਗੜਾ ਹੋਇਆ ਧੁੰਮੇ ਦੇ ਨਾਲ, ਸਾਰਾ ਜਲੂਸ ਕੱਢਿਆ ਕਿ ਨਹੀਂ ਉਹਨੇ? ਹੁਣ ਤਾਂ ਉਹ ਬਾਕੀਆਂ ਨੂੰ ਚੂੜ ਝੜੱਕ ਦੱਸਦਾ, ਆਪ ਮੰਨ ਗਿਆ ਉਹ, ਕਹਿੰਦਾ 70 ਤੋਂ ਵੱਧ ਅਕਾਊਂਟ ਮੇਰੇ ਸੀ, ਜਾਅਲੀ ਨਕਲੀ ਅਕਾਊਂਟ ਵੱਖਰੇ ਵੱਖਰੇ ਨਾਵਾਂ 'ਤੇ। ਬਘੇਲੇ ਦੀ ਜਿਹੜੀ ਹੁਣ ਤੱਕ ਫੋਟੋ ਲੱਗੀ ਰਹੀ ਆ, ਤੁਸੀਂ ਇਮਾਨਦਾਰੀ ਨਾਲ ਫੋਟੋ ਦੇਖ ਕੇ ਇਹਨੂੰ ਪੁੱਛਿਓ ਵੀ ਕਿਸੇ ਇੱਦਾਂ ਨਸਲ ਦੀ ਲੱਗਦੀ ਕਿਸੇ ਦੀ ਫੋਟੋ? ਗੁਰੂ ਦਾ ਸਿੱਖ ਲੱਗਦਾ ਕਿ ਲੱਗਦਾ ਨਹੀਂ, ਕਨਸਲ ਆ ਕੋਈ ਉਹ। ਅਤੇ ਹੁਣ ਤੁਸੀਂ ਕਹਿੰਦੇ ਆ ਵੀ ਨਹੀਂ ਉੱਥੇ ਵਲਗੈਰਿਟੀ ਆ, ਉੱਥੇ ਫਿਲਟਰ ਕੋਈ ਨਹੀਂ। ਜਿਹੜੇ ਤੁਹਾਡੇ ਬੰਦੇ ਸੀ, ਜਿਹੜੇ ਬੰਦੇ ਰੇਡੀਓ ਸੁਣਦੇ ਆ, 13, 14, 15 ਚ ਸੈਂਕੜੇ ਵਰੀ ਅਸੀਂ ਇੱਥੋਂ ਇਹ ਗੱਲ ਕਹੀ ਆ ਵੀ ਧੁੰਮੇ ਨੂੰ, ਜਸਵੀਰ ਸਿੰਘ ਰੋਡੇ ਨੂੰ ਜਾਂ ਭਿੰਡਰਾਂ ਵਾਲੇ ਦੇ ਮੁੰਡਿਆਂ ਨੂੰ ਇੱਕ ਸਟੇਟਮੈਂਟ ਦੇ ਦੇਣੀ ਚਾਹੀਦੀ ਆ ਵੀ ਭਿੰਡਰਾਂ ਵਾਲੇ ਦੇ ਨਾਂ 'ਤੇ ਕੋਈ ਵੀ ਬੰਦਾ ਜਿਹੜਾ ਜਾਅਲੀ ਆਈਡੀ ਬਣਾ ਕੇ ਜਿਹਦੀ ਫੋਟੋ ਨਹੀਂ ਸਾਹਮਣੇ ਹੈਗੀ, ਉਹ ਕਿਸੇ ਨਾਲ ਲੜੇ ਨਾ, ਕਿਸੇ ਨੂੰ ਗਲਤ ਨਾ ਬੋਲੇ, ਜਿਨ ਭਿੰਡਰਾਂ ਵਾਲੇ ਦੇ ਹੱਕ 'ਚ ਬੋਲਣਾ ਆਪਣੇ ਨਾਂ ਥੱਲੇ ਬੋਲੇ, ਉਹ ਤੋਂ ਬਾਅਦ ਅਸੀਂ ਉਹਦੇ ਨਾਲ ਗੱਲ ਕਰਾਂਗੇ। ਜੇ ਤੁਸੀਂ ਨਹੀਂ ਕਹਿੰਦੇ ਤਾਂ ਅਸੀਂ ਇਹ ਮੰਨਾਂਗੇ ਵੀ ਤੁਸੀਂ ਸ਼ਹਿ ਦੇ ਰਹੇ, ਫਿਰ ਸਾਨੂੰ ਭਿੰਡਰਾਂ ਬਾਰੇ ਬੋਲਣਾ ਪੈਣਾ। ਔਰ ਤੁਸੀਂ ਫਿਰ ਸੁਣ ਕੇ ਹਟੇ ਵੀ ਗੁੰਡਿਆਂ ਵਰਗਾ ਗੁੰਡਾ ਸੀ ਭਾਈ, ਉਹ ਕੋਈ ਸੰਤ ਨਹੀਂ ਸੀ ਉਹ, ਔਰ ਤੁਹਾਡੇ ਕੋਲ ਜਵਾਬ ਨਹੀਂ ਕੋਈ ਉਹਨਾਂ ਗੱਲਾਂ ਦਾ। ਅੱਜ ਜਦੋਂ ਸਾਰਾ ਨੰਗਾ ਹੀ ਹੋ ਗਿਆ, ਗੁਰਪ੍ਰੀਤ ਕੈਲੀਫੋਰਨੀਆ ਵਾਲੇ ਤਾਂ ਸਾਫ਼ ਹੀ ਕਰ ਦਿੱਤਾ, ਪਹਿਲਾਂ ਵੀ ਜਦੋਂ ਉੱਤੇ ਕੇਸ ਵੀ ਪਿਆ, ਅੰਮ੍ਰਿਤਪਾਲ ਦੀ ਪੇਸ਼ੀ ਦੀ ਗੱਲ ਹੋਈ, ਜਸਵੀਰ ਸਿੰਘ ਨੰਗਾ ਹੋਇਆ ਕਿ ਨਹੀਂ ਹੋਇਆ? ਬਘੇਲੇ ਦਾ ਟੱਬਰ ਚੱਕਿਆ ਸੀ ਪੰਜਾਬ ਪੁਲਿਸ ਨੇ, ਡੇਢ ਦਿਨ ਦੇ ਵਿੱਚ ਵਿੱਚ ਬਘੇਲੇ ਨੇ ਕਰਕੇ ਉੱਥੇ ਭਾਈ ਮੁੰਡਾ ਨਿਆਣਾ ਆ, ਛਡਾਉਣਾ ਪੈਣਾ। ਹੁਣ ਜਸਵੀਰ ਸਿੰਘ ਰੋਡੇ ਦੇ ਵੀ ਗੱਲ 'ਤੇ ਅੰਗੂਠਾ ਆਇਆ, ਕਿਉਂਕਿ ਬਘੇਲੇ ਉਹਨਾਂ ਨੂੰ ਸ਼ਹਿ ਦੇ ਕੇ ਇਹ ਗਾਲਾਂ ਕਢਵਾਉਂਦੇ ਰਹੇ, ਕਿੰਨੇ ਪੈਸੇ ਦਿੱਤੇ ਹੋਣੇ, ਕਿੰਨਾ ਕੁਛ ਉਹਨਾਂ ਦੇ ਕੋਲ ਹੋਣਾ, ਅੱਧਾ ਗੁਰਪ੍ਰੀਤ ਕੈਲੀਫੋਰਨੀਆ ਵਾਲੇ ਨੇ ਦੱਸ ਦਿੱਤਾ। ਜੇ ਉਹਦੇ ਟੱਬਰ ਦੀ ਨਾ ਪਰਵਾਹ ਕਰਦਾ ਰੁੱਡੇ, ਜੇ ਅੰਮ੍ਰਿਤਪਾਲ ਨੂੰ ਨਾ ਪੇਸ਼ ਕਰਾਉਣ ਦਾ, ਤਾਂ ਉਹਨੇ ਕੀ ਜਲੂਸ ਕੱਢਣਾ ਸੀ ਇਹਨਾਂ ਦਾ? ਇਸ ਕਰਕੇ ਇਹਨੂੰ ਪ੍ਰਭ ਸ਼ਰਦੀਪ ਨੂੰ ਦੱਸੋ, ਇਹ ਐਵੇਂ ਇੱਦਾਂ ਦੀ ਫਿਲੋਸਫੀਕਲ ਗੱਲਾਂ ਕਹਿ ਕੇ ਪੱਲਾ ਨਾ ਝਾੜ। ਗੱਲ ਇਹ ਆ, ਜਿਹਨੂੰ ਤੁਸੀਂ ਪੰਥ ਕਹਿੰਦੇ ਆ, ਜਿਹਨੂੰ ਕੌਮ ਕਹਿੰਦੇ ਆ, ਜਿਹਨੇ ਠੇਕੇਦਾਰੀ ਲਈ ਹੋ ਆ ਸਿੱਖਾਂ ਦੀ, ਉਹਨਾਂ ਦੀ ਸ਼ਹਿ 'ਤੇ ਹੋ ਰਿਹਾ ਸਾਰਾ ਕੁਛ। ਉਸ ਵੇਲੇ ਵੀ ਭਿੰਡਰਾਣੇ ਦੇ ਟਾਈਮ ਵੀ ਜਦੋਂ ਕਹਿੰਦਾ ਸੀ ਵੀ ਇੱਦਾਂ ਜਿਹੜਾ ਬੰਦਾ ਗਲਤ ਕਰਦਾ ਸੋਧਾ ਲਾ ਕੇ ਆ ਜਾਓ, ਉਹਦਾ ਮਤਲਬ ਇਹੀ ਸੀ ਵੀ ਜਿਹੜਾ ਬੰਦਾ ਸਾਡੇ ਵਿਰੁੱਧ ਬੋਲਦਾ ਆ ਕਰਕੇ ਕੋਈ ਨਹੀਂ ਸਾਂਭਾਂਗੇ ਅਸੀਂ। ਔਰ ਉਹਨੂੰ ਇਹੀ ਗੱਲ ਗਿਆ ਨਹੀਂ, ਜੈਲਸੂ ਨੇ ਕਹੀ ਹੋਈ ਸੀ ਵੀ ਕੋਈ ਨਹੀਂ ਤੂੰ ਬੈਠਾ ਰਹਿ ਇੱਥੇ। ਇਸ ਕਰਕੇ ਉਹ ਇੱਦਾਂ ਪੱਲਾ ਨਾ ਝਾੜੋ, ਠੀਕ ਹੈ? ਜੋ ਕੁਛ ਜੋ ਹੈਗਾ ਕਬੂਲੋ ਉਹਨੂੰ, ਸੱਚ ਨੂੰ, ਠੀਕ ਹੈ? ਸੱਚ ਇਹ ਆ ਵੀ ਤੁਹਾਡੀ ਸਰਪ੍ਰਸਤੀ ਦੇ ਵਿੱਚ ਇਹ ਹੋ ਰਿਹਾ ਹੈ। ਟਕਸਾਲ ਜਿੱਦਾਂ ਦਮਦਮੀ ਟਕਸਾਲ ਨੇ ਪ੍ਰਭ ਸ਼ਰਨਦੀਪ ਨੂੰ ਪੁੱਛਿਓ ਸਵਾਲ ਵੀ ਜੋ ਧੁੰਮੇ ਨੇ
ਢੱਡਰੀਆਂ ਵਾਲੇ 'ਤੇ ਕੀਤਾ, ਜਿਹੜੀ ਧਮਕੀ ਜਿੱਦਾਂ ਪ੍ਰਦਰਸ਼ਨ ਨੂੰ ਛੇਕਿਆ ਗਿਆ, ਆਪਾਂ ਜਿਹੜੇ ਬੰਦੇ ਫੀਲਡ ਵਿੱਚ ਕੰਮ ਕਰਦੇ ਆ, ਜਿੱਦਾਂ ਘੱਗਾ ਜੀ ਨੂੰ ਅਕਾਲ ਤਖ਼ਤ ਵੱਲੋਂ ਇਹ ਗੱਲ ਕਹੀ ਗਈ, ਕਾਲੇ ਅਫਗਾਨੀ ਨੂੰ ਜਦੋਂ ਛੇਕਿਆ, ਜੇ ਤੁਹਾਡਾ ਰਾਜ ਆਊਗਾ ਇੱਦਾਂ ਹੋਊਗੀ ਵੀ ਜੇ ਕਿਸੇ ਨੇ ਸਵਾਲ ਕਰਿਆ ਤਾਂ ਚੱਕ ਕੇ ਬਾਹਰ ਮਾਰੋ, 150-200 ਬੰਦਾ ਭੇਜ ਦਿਓ ਵੀ ਨਹੀਂ ਲੱਗਣ ਨਹੀਂ ਦੇਣਾ, ਅਸੀਂ ਪੁਲਿਸ 'ਤੇ ਦਬਾਅ ਪਾਓ ਵੀ ਜੇ ਦਬਾਉਣ ਲੱਗਿਆ ਢੱਡਰੀਆਂ ਵਾਲੇ ਤਾਂ ਖੂਨ ਖਰਾਬੇ ਦੀ ਜ਼ਿੰਮੇਵਾਰ ਪੁਲਿਸ ਹੋਊਗੀ। ਤੁਹਾਡੇ ਕੋਲ ਰਾਜ ਹੈ ਨਹੀਂ ਤਾਂ ਇੰਨੀ ਗੁੰਡ ਦਿਨੇ ਦਿਹਾੜੇ ਬੰਦਾ ਬੰਦੇ 'ਤੇ ਅਟੈਕ ਕਰਕੇ ਬੰਦਾ ਕਤਲ ਕਰਕੇ ਤੁਸੀਂ ਪੁਲਿਸ ਦੇ ਸਾਹਮਣੇ ਖੜ੍ਹ ਕੇ ਕਹਿੰਦੇ ਆ ਜੇ ਫੇ ਹੋਇਆ ਫੇ ਵੀ ਇੱਦਾਂ ਕਰਾਂਗੇ, ਤਾਂ ਤੁਹਾਡਾ ਰਾਜ ਹੋ ਗਿਆ ਫੇ ਕੀ ਕਰੋਗੇ ਤੁਸੀਂ? ਹੁਣ ਵੋਟ ਤੁਹਾਡੇ ਇੰਨੇ ਧੜੇ ਆ ਤਾਂ ਜੇ ਮੰਨ ਲਓ ਤੁਹਾਡਾ ਖਾਲਿਸਤਾਨ ਬਣ ਜਾਵੇ, ਠੀਕ ਆ, ਉਹਦੇ ਵਿੱਚ ਇੱਦਾਂ ਚੱਕ ਇੰਟੈਲੈਕਚੁਅਲ ਹੋ ਗਏ, ਤੁਸੀਂ ਯੂਨੀਵਰਸਿਟੀਆਂ ਪੈਦਾ ਕਰ ਦਿੱਤੀਆਂ, ਉਹਦੇ ਯੂਨੀਵਰਸਿਟੀਆਂ 'ਚ ਤਾਂ ਟਰੰਗੇ ਦਾ ਗੁਰਦੁਆਰਾ ਉੱਥੇ ਝਾਮਕੇ ਹੋਣੀ ਆ, ਮੰਨ ਲਓ ਉਹਨਾਂ ਦੇ ਨਿਆਣੇ ਉਹ ਵੀ ਮੰਨ ਲਓ ਇੰਟੈਲੈਕਚੁਅਲ ਬਣ ਗਏ, ਵੋਟਾਂ 'ਚ ਉਹ ਜਿੱਤ ਗਏ ਇੱਕ ਵਾਰੀ, ਹੁਣ ਜਿਹੜਾ ਹਾਲ ਉਹਨੂੰ ਇੱਥੇ ਜਾਣੇ ਵਾਲੇ 150-200 ਬੰਦੇ ਨਾਲ ਕੀਤਾ ਸਟ੍ਰੈਸ ਪਾਸ ਕਰਕੇ, ਜੇ ਖਾਲਿਸਤਾਨ 'ਤੇ ਉਹਨਾਂ ਦਾ ਰਾਜ ਹੋਊਗਾ ਫਿਰ ਕੀ ਹੋਊਗਾ? ਜਿਹੜੀ ਮੈਂ ਵੋਟਾਂ ਦੀ ਗੱਲ ਕਰਦਾ ਸੀ 2010 ਵਿੱਚ ਹੋਈਆਂ, ਜੇ ਇਸ ਗਰੁੱਪ ਦਾ ਖਾਲਿਸਤਾਨ 'ਤੇ ਰਾਜ ਹੋਊਗਾ ਫਿਰ ਕੀ ਹੋਊਗਾ? ਬੰਟੀ ਨੇ ਮੇਰੇ 'ਤੇ ਅਟੈਕ ਕਰਵਾਇਆ, ਜੇ ਬੰਟੀ ਦੇ ਗਰੁੱਪ ਦਾ ਉੱਥੇ ਖਾਲਿਸਤਾਨ 'ਤੇ ਰਾਜ ਹੋ ਗਿਆ ਫਿਰ ਕੀ ਹੋਊਗਾ? ਅੰਮ੍ਰਿਤਪਾਲ ਦਾ ਉਹਦੇ ਤਾਂ ਕਈ ਰੂਪ ਆ, ਜਾਣੀ ਦੁਬਈ ਵਾਲਾ ਇੱਕ ਰੂਪ ਸੀਗਾ, ਫਿਰ ਜਦੋਂ ਅਜਨਾਲੀ ਥਾਣੇ ਗਿਆ, ਹੁਣ ਤਾਂ ਜੇਲ੍ਹ 'ਚ ਬੈਠਾ ਉੱਥੇ ਗੱਲ ਹੋ ਰਿਹਾ, ਜਦੋਂ ਅਜਨਾਲੀ ਥਾਣੇ ਗਿਆ, ਜੇ ਉਹ ਰੂਪ ਵਾਲੇ ਅੰਮ੍ਰਿਤਪਾਲ ਦਾ ਖਾਲਿਸਤਾਨ 'ਤੇ ਰਾਜ ਹੋ ਗਿਆ ਫਿਰ ਕੀ ਹੋਊਗਾ? ਡੈਮੋਕ੍ਰੇਸੀ ਇੱਦਾਂ ਥੋੜ੍ਹੀ ਚੱਲਦੀ ਹੈ। ਸਾਡੇ ਬੱਚੇ ਇਮਾਨਦਾਰੀ ਨਾਲ ਸੋਚੋ, ਤੁਹਾਡੇ ਬੱਚੇ ਉਸ ਸਕੂਲ 'ਚ ਜਾਣਾ ਪਸੰਦ ਕਰਨਗੇ ਜਿੱਥੇ ਇੱਦਾਂ ਮਾਹੌਲ ਦਾ ਪਤਾ ਹੀ ਨਾ ਹੋਵੇ, ਵੀ 4 ਬੰਦੇ ਨੇ ਇਕੱਠੇ ਹੋ ਕੇ ਪ੍ਰਿੰਸੀਪਲ ਕੁੱਟ ਦਿੱਤਾ, ਵੀ ਸਾਨੂੰ ਤਾਂ ਗੁਰੂ ਸਾਹਿਬ ਨੇ ਇੱਦਾਂ ਆਜ਼ਾਦ ਪੈਦਾ ਕੀਤਾ, ਤੂੰ ਕੌਣ ਹੁੰਦਾ ਕਹਿਣੇ ਵਾਲਾ, ਅਸੀਂ ਲੇਟ ਹੋਏ ਤਾਂ ਹੋਏ, ਤੂੰ ਕੌਣ ਹੁੰਦਾ ਕਹਿਣੇ ਵਾਲਾ, ਅਸੀਂ ਤਾਂ ਬੰਦਾ ਸਿੰਘ ਬਹਾਦਰ ਦੇ ਟਾਈਮ ਲੇਟ ਆਉਂਦੇ ਹੁੰਦੇ ਸੀ। ਹੁਣ ਮੰਨ ਲਓ ਸਕੂਲ ਦੇ ਨਿਆਣਿਆਂ ਨੂੰ ਕੈਂਪ 'ਤੇ 250-300 ਨਿਆਣਾ ਲੈ ਕੇ ਅਗਲੇ ਕੈਂਪ 'ਤੇ ਗਏ ਹੋਣ, ਠੀਕ ਆ, ਹੁਣ ਉੱਥੇ ਬੋਟ 'ਚ ਬਹਿਣਾ ਹੋਵੇ, ਸਮੁੰਦਰ ਥੋੜ੍ਹਾ ਜਿਹਾ ਇੱਦਾਂ ਹਿਲਦਾ ਹੋਵੇ, ਅਤੇ ਅਗਲੇ ਕਹਿਣਾ ਵੀ ਨਹੀਂ ਬੋਟ ਅਜੇ ਠਹਿਰੋ ਰੁਕ ਜਾਓ, ਅਤੇ ਉਹ ਕਹਿਣ ਨਹੀਂ, ਅਕਾਲੀ ਫੂਲਾ ਸਿੰਘ ਨੇ ਅਰਦਾਸ ਕਰਕੇ ਅਟਕ ਰੋਕ ਦਿੱਤਾ ਸੀ, ਅਟਕਾ ਅਟਕ ਜਾ, ਅਤੇ ਅਸੀਂ ਤਾਂ ਹੁਣ ਇੱਦਾਂ ਤੁਰਨਾ ਵਿੱਚ ਹੀ ਲੰਘਣਾ, ਅਸੀਂ ਤਾਂ ਇੱਦਾਂ ਹੀ ਲੰਘਣਾ, ਵੀ 4 ਜਣੇ ਇੱਦਾਂ ਬਣਨ ਲੱਗਣ, ਜਿਹੜੀ ਸਕੂਲ ਦੀ ਜ਼ਿੰਮੇਵਾਰੀ ਆ, ਹਨੀ ਸਹੁੰ ਖਾਧੀ ਅਸੀਂ ਪਸ਼ੂ ਵਾਂਗ ਵਿਚਰਨਾ ਸੀ ਹਰ ਥਾਂ 'ਤੇ,